ਹਕੂਮਤ ਕਰਨ ਨਹੀਂ ਆਏ, ਇਹ ਲੋਕਾਂ ਨਾਲ ਮੁਕਾਬਲਾ ਲੜਾਈ ਕਰਨ ਆਏ ਨੇ। ਜਾਣ ਕੇ ਝੂਠ ਬੋਲਦੇ ਨੇ ਪਏ। ਕੀ ਕੱਢਿਆ ਹੁਣ ਨਵਾਜ਼ ਸ਼ਰੀਫ ਦੇ ਵਿੱਚੋਂ? ਕੀ ਲਿਆਂਦਾ ਉਹ ਲੋਕਾਂ ਕੋਲ? ਉਹ ਪੈਸੇ ਲੈ ਕੇ ਬਾਹਰ ਨੱਸ ਗਿਆ। ਹੁਣ ਸਾਬਕ ਅਨੁਸਾਰ ਕਿੱਥੇ ਗਿਆ? ਕਿੱਥੇ ਗਿਆ ਉਹ? ਇਮਰਾਨ ਕੁੱਤਾ ਬਾਂਦਰੀ ਦੇ ਮੂੰਹ ਲਿਆ, ਤੇਰਾ ਕੱਖ ਨਾ ਰਵੇ। ਜਨਾਨੀਆਂ ਨੇ ਨਚਾਈਆਂ, ਜਨਾਨੀਆਂ ਬੱਚੀਆਂ ਦੇ ਨਿਕਾਹ ਕੀਤੇ, ਉਹ ਧਰਨੇ ਸਨ। ਉਮਰੇ ਵਾਲਿਆਂ ਨੂੰ ਕੁਝ ਨਹੀਂ ਤੇ ਸਿੱਖਾਂ ਨੂੰ ਮਤਲਬ ਕੋਈ ਅਦਵਿਆਤ ਸਰਕਾਰੀ ਹਸਪੀਟਲ ਨਹੀਂ ਮਿਲਦੀ ਪਈ। ਜੇ ਟੈਸਟ ਕਰਾਉਣ ਤੁਸੀਂ ਉਹ ਵੀ ਬੜਾ ਕਰਵਾਉਣਾ ਨੇ। ਇਹਦਾ ਧਰਨਾ, ਇਹਦਾ ਧਰਨਾ ਕਾਹਦਾ ਸੀ? ਉਹ ਜੋ ਪਕਾਨਾ ਜਿਹੜਾ ਪਾਕਿਸਤਾਨ ਦੇ ਵਿੱਚ ਉਹ ਮੁੱਕ ਗਿਆ। ਹਮਾਰੀ ਮਹੀਸ਼ਤ ਪਹਿਲੇ ਸੇ ਜ਼ਿਆਦਾ ਡਾਊਨ ਹੋ ਗਈ ਹੈ। ਗਰੀਬ ਆਦਮੀ ਸਭ ਸੇ ਜ਼ਿਆਦਾ ਪਰੇਸ਼ਾਨ ਹੈ ਇਸ ਹਕੂਮਤ ਕੇ ਅੰਦਰ। ਤੋਂ ਲੈ ਕੇ ਸਭ ਝੂਠ ਬੋਲਦੇ ਨੇ। ਕਿਸੇ ਬੰਦੇ ਨੇ ਸੱਚੀ ਗੱਲ ਨਹੀਂ ਕੀਤੀ, ਸੱਚਿਆਂ ਬੰਦਿਆਂ ਨੂੰ ਝੂਠੇ ਤਾਂ ਝੂਠੇ ਬੰਦੇ ਨੂੰ ਸੱਚੇ ਕਹਿਣ ਦੇ ਨੇ। ਹੈਂਜੀ, ਸਾਰੀ ਅਸੈਂਬਲੀ ਆ ਜਿੰਨੀ ਵੀ ਹੈ ਸਾਰੀ ਝੂਠੀ ਹੈ। ਕੋਈ ਬੰਦਾ ਕੁਰਾਨ ਦਾ ਹਲਫ ਦਿੱਤਾ ਹੁੰਦਾ ਅਸੈਂਬਲੀ ਆ, ਜੀ ਝੂਠ ਬੋਲਣਾ ਗੁਨਾਹ ਹੈ। ਇਹ ਉੱਥੇ ਬਹਿ ਕੇ ਗੁਨਾਹ ਝੂਠ ਬੋਲੀ ਆਉਂਦੇ ਨੇ। ਮੈਂ ਕਹਿੰਦਾ ਉੱਤੇ ਚੜ ਕੇ ਐਨਆਰ ਨਹੀਂ ਦੇਵਾਂਗਾ, ਤੇਰੀ ਅੰਮਾ ਦਾ ਸੂਤਰ ਵੇਚ ਗਏ ਐਨਆਰ। ਲੇਕਿਨ ਫਾਜ ਚੌਧਰੀ ਐਨਆਰ ਨਹੀਂ ਦੇਵਾਂਗਾ। ਫਾਜ ਚੌਧਰੀ ਤੇ ਕਾ ਆਓ ਆਪ ਲੱਭਣਿਆ, ਤੈਨੂੰ ਕਿਹਨਾਂ ਦਾ ਭਾਈਦਿਆਂ ਰਾਹ ਨਹੀਂ ਲੱਭਣਾ ਜਦੋਂ ਤੇਰੀ ਮੌਤ ਹੋਣੀ ਹੈ। ਇਹ ਉਹਨਾਂ ਤੇ ਛੁੱਟ ਜਾਣਾ ਜਾਂ ਛੁੱਟ ਗਏ ਨੇ, ਇਹਨੂੰ ਗੋਲੀ ਦੇ ਨਾਲ ਠਾਹ ਕਰਕੇ ਅਗਲਾ ਲਾਣਾ। ਲੇਕਿਨ ਇਹਨਾਂ ਦੇ ਕੇਸ ਕਰ ਦਿੱਤਾ ਖਾਜਾ ਸਾਹਿਬ ਤੇ ਕਿ ਨੂਨ ਲੀਗ ਝੂਠ ਬੋਲਦੀ। ਮੈਂ ਪਿਆ ਨਾ ਬਾਦਸ਼ਾਹ, ਝੂਠਿਆਂ ਨੇ ਕੇਸ ਕੀ ਲੱਭਿਆ ਨੇ? ਕੀ ਲਿਆ ਕੁੱਤਿਆਂ ਦਾ? ਹਾਂਜੀ, ਹੋਰ ਵੀ ਕੁਛ ਨਹੀਂ ਲੱਭ। ਇਹ ਜਨਾਬ ਮਤਲਬ ਇੰਨੀ ਬਿਹਤਰ ਹੋ ਗਈ ਹੈ ਤਾਂ ਜਿਹੜਾ ਨਾਰੋਵਾਲ ਦਾ ਜਿਹੜਾ ਕੰਮ ਹੈ, ਆ ਸਿੱਖਾਂ ਨੂੰ ਤਾਂ ਤੁਸੀਂ ਦੇ ਦਿੱਤੀ ਹੈ ਤਰਬੀਅਤ, ਅਤੇ ਉਮਰੇ ਦਾ ਜਾਲਿਆਂ ਨੂੰ ਆਖਣ ਲੱਗੇ ਜੇ ਹੈ ਪੱਲੇ ਤਾਂ ਚਲੇ ਜਾਓ, ਨਹੀਂ ਤਾਂ ਤੇ ਇਹ ਹੁਣ ਤੁਸੀਂ ਲਾਓ ਹਿਸਾਬ ਕਿ ਥੋੜ੍ਹੇ ਜ਼ੁਲਮ ਹੋ ਰਹੇ ਨੇ। ਹੈਂ, ਉਮਰੇ ਵਾਲਿਆਂ ਨੂੰ ਕੁਝ ਨਹੀਂ ਅਤੇ ਸਿੱਖਾਂ ਨੂੰ ਮਤਲਬ ਤਰਬੀਅਤ ਦੇ ਰਿਹਾ, ਅਤੇ ਲੋਕਾਂ ਦੀ ਜਿਹੜੀ ਜ਼ਮੀਨ ਹੈ ਇੰਨੀ ਮਤਲਬ ਹੈ ਕਿ ਮਤਲਬ 800 ਏਕੜ ਉਹਨਾਂ ਨੂੰ ਕੀ ਦਿੱਤਾ ਇਹਨਾਂ? ਕੋਈ ਪੈਸਾ ਨਹੀਂ ਦਿੱਤਾ ਸਬੂਤ ਕਰਨ, ਨਹੀਂ ਮੈਂ ਸਬੂਤ ਕਰਨਾ, ਚਲੋ ਮੇਰੇ ਨਾਲ ਸਾਡੇ ਰਿਸ਼ਤੇਦਾਰ ਨੇ, ਦੁੱਧ ਦਾ ਪਿੰਡ ਸਾਰਾ ਕੰਗਾਲ ਹੋਇਆ ਪਿਆ। ਸਿੱਖਾਂ ਨੂੰ ਤਰਬੀਅਤ ਦਿੱਤੀ ਹੈ, ਮੁਸਲਮਾਨਾਂ ਨੂੰ ਮਤਲਬ ਗੁਰਬਤ ਦੇ ਛੜੀ, ਹੋਰ ਕੀ ਦੇਣਾ? ਨਹੀਂ ਤੇ ਉਹ ਜ਼ਮੀਨ ਤੋਂ ਉਹਨਾਂ ਨੂੰ ਕੀਮਤ ਨਹੀਂ ਦੇ ਰਿਹਾ, ਕੋਈ ਕੀਮਤ ਨਹੀਂ ਦਿੱਤੀ, ਕੋਈ ਬੰਦਾ ਸਾਬਤ ਕਰਦੇ ਕੀਮਤ ਦਿੱਤੀ ਹੋਵੇ। ਤੋ 800 ਏਕੜ ਕਿਵੇਂ ਲੋਕਾਂ ਕੋਲੋਂ ਲੈ ਕੇ ਬਣਾ ਰਿਹਾ ਹੈ? ਤੁਹਾਨੂੰ ਦਿਆਂਗੇ ਪੈਸੇ, ਕਬਜ਼ਾ ਕਰ ਲਿਆ, ਹਕੂਮਤ ਦਾ ਕਿਹੜਾ ਰਲਦਾ ਹੈ? ਬਦਮਾਸ਼ਾ ਅੱਗੇ ਕਿਹੜਾ ਮਤਲਬ ਬੋਲਦਾ? ਹੁਣ ਤੁਸੀਂ ਮੇਰੇ ਗਿਰੇਬਾਨ ਤੇ ਆ ਕੇ ਮਤਲਬ ਬੰਦੂਕ ਰੱਖ ਦਿਓ, ਜੋ ਮਰਜ਼ੀ ਬਿਆਨ ਦਵਾ ਲਓ। ਠੀਕ ਹੈ, ਕੀ ਕੀਤਾ ਉਹਨਾਂ ਦੱਸ, ਮੈਨੂੰ ਇਹ ਤਾਂ ਦੱਸੋ। ਤੇ ਕੋਈ ਐਗਰੀਮੈਂਟ ਵਗੈਰਾ ਉਹਨਾਂ ਨੇ ਕਰਕੇ ਨਹੀਂ ਜ਼ਮੀਨ? ਕੋਈ ਨਹੀਂ, ਬਿਲਕੁਲ ਐਗਰੀਮੈਂਟ ਨਹੀਂ ਕੀਤਾ। ਸਾਡੇ ਰਿਸ਼ਤੇਦਾਰ ਨੇ ਮਤਲਬ ਕੰਗਾਲ ਹੋਏ ਪਏ ਨੇ, ਮਤਲਬ ਸੜਕਾਂ ਦੇ ਉੱਤੇ ਮੰਗਣ ਡੈ ਪਏ ਨੇ ਹੁਣ। ਹੋਰ ਇਸ ਤੋਂ ਕੀ ਹੋਏਗਾ ਜੀ? ਅਤੇ ਨਵੇਂ ਪਾਕਿਸਤਾਨ ਇੱਥੇ ਆਉਂਦੇ ਹਨ ਕਿ ਅਸੀਂ ਕਰਪਸ਼ਨ ਜਾਂ ਇਸ ਤਰ੍ਹਾਂ ਦਾ ਕੰਮ ਨਹੀਂ ਚੱਲਣ ਡਿਆਗੇ, ਤਬਦੀਲੀ ਆ ਗਈ, ਪੁਰਾਣੇ ਪਾਕਿਸਤਾਨ ਦੇ ਚੇਂਜ ਕੰਮ ਹੁੰਦਾ ਸੀ? ਆਹ ਸਾਡੇ ਪਿੰਡ ਹੀ ਜਾ ਕੇ ਵੇਖ ਲਓ, ਕੜਤਲ ਤਬਦੀਲੀ ਆਈ, ਕਿਸੇ ਦੀ ਜ਼ਮੀਨ ਦੇ ਉੱਤੇ ਕੋਈ ਕਬਜ਼ਾ ਕਰੀ ਬੈਠਾ, ਇਹ ਤਬਦੀਲੀ ਆਈ ਹੈ। ਜੋ ਅਦਾਲਤ 'ਚ ਰੋਣ ਅਤੇ ਵਕੀਲ ਵਿਕ ਜਾਂਦੇ ਨੇ, ਉਹ ਆਉਂਦੇ ਨੇ ਰਲ ਮਿਲ ਕੇ ਖਾ ਜਾਓ, ਮਤਲਬ ਇਹ ਤਬਦੀਲੀ ਆਈ ਹੈ, ਇਹ ਕਰਪਸ਼ਨ ਹੈ ਵੇ, ਹੋਰ ਤਾਂ ਕੋਈ ਨਹੀਂ ਮੈਂ ਨਵਾਂ ਵੇਖਿਆ ਬਾਈ। ਚਲੋ ਮੈਂ ਤੁਹਾਨੂੰ ਸਬੂਤ ਦਿੰਦਾ, ਫਿਰ ਤੁਹਾਨੂੰ ਮੈਂ ਮਤਲਬ ਨਕਲ ਕੱਢ ਕੇ ਦਿੰਦਾ ਵਾਂ, ਸਾਰਾ ਕੁਝ ਕਰਕੇ ਦਿੰਦਾ ਵਾਂ। ਕਿਹੜੀ ਤਬਦੀਲੀ ਆਈ? ਲੋਕਾਂ ਦੀ ਮਲਕੀਅਤ ਵਾਲੀ ਜਗ੍ਹਾ ਇਹਨਾਂ ਨੇ ਕਬਜ਼ਾ ਕਰ ਲਿਆ, ਲੋਕਾਂ ਕਬਜ਼ਾ ਕਰ ਲਿਆ। ਆਹ PTI ਵਾਲੇ ਆ, ਉਹਨਾਂ ਦੀ ਹਕੂਮਤ, ਉਹ ਵਕੀਲ ਨੇ, ਉਹਨਾਂ ਦੇ ਜੱਜ ਨੇ, ਉਹਨਾਂ ਦੇ ਸਭ ਕੁਝ ਨੇ। ਗਰੀਬ ਬੰਦਾ ਜਾ ਕੇ ਵੇਖ ਲਓ ਰੁਲਦਾ, ਨਹੀਂ ਤਾਂ ਮੇਰੇ ਕੋਲ ਸਬੂਤ ਲਵੋ, ਮੈਂ ਦਿੰਦਾ ਵਾਂ ਸਬੂਤ। ਕਿੰਨੀ ਜ਼ਮੀਨ ਉਹਨਾਂ ਨੇ ਕਬਜ਼ਾ ਕੀਤਾ? ਉਹਨਾਂ ਕੀਤਾ ਤਿੰਨ ਕਨਾਲਾਂ ਅਤੇ 4 ਮਰਲੇ 'ਚ। ਕਰਤਾਰਪੁਰ ਵਾਸਤੇ ਨਹੀਂ, ਹੁਣ ਜੀ ਮਤਲਬ ਦੁਕਾਨਾਂ ਪਾ ਲਈਆਂ ਨੇ, ਮਤਲਬ ਗਰੀਬ ਬੰਦਾ, ਉਹਦੇ ਪਿਓ ਦੇ ਨਾਲ ਸਾਰਾ ਮਤਲਬ ਕੰਪਿਊਟਰ ਵਾਈਜ਼ ਉਹਦੇ ਪਿਓ ਦੇ ਨਾਲ ਮਲਕੀਅਤ, ਪੁੱਤਰ ਨੂੰ ਮਲਕੀਅਤ ਨਹੀਂ ਦੇਣ ਦੇ, ਖੋਹ ਖਾ ਲਈਏ। ਹੋਰ ਇਸ ਤੋਂ ਕੀ ਜ਼ੁਲਮ ਹੁੰਦਾ? ਕਿਆ ਹਕੂਮਤ ਇਹਨਾਂ ਦੀ PTI ਦੀ ਬਿਹਤਰ ਨਹੀਂ ਜਾ ਰਹੀ? ਨਾ ਬਾਈ, ਸਾਨੂੰ ਤਾਂ ਨਹੀਂ ਨਜ਼ਰ ਆਉਂਦੀ ਕੋਈ ਬਿਹਤਰ, ਬਿਹਤਰ ਨਜ਼ਰ ਆਉਂਦੀ ਹੁੰਦੀ ਤਾਂ ਅਸੀਂ ਵੀ ਬਹਿੰਦੇ। ਤੇਲ ਕਿੱਥੇ ਅਸਮਾਨਾਂ 'ਤੇ ਚੜਿਆ, ਮੈਂ ਚੱਕੀਆਂ ਵਾਲੇ ਵਿਚਾਰੇ ਉਹਨਾਂ ਦੇ ਡੰਡਾ ਖਿੜਕਣ ਗਿਆ, ਤੁਸੀਂ ਆਹ ਭਾਕੇ ਨੂੰ ਆਟਾ ਪੀਂਦੇ ਹੋ, ਹੁਣ ਆਟਾ ਨਾ ਪੀਣ ਦੇ ਵਿਚਾਰੇ ਕੀ ਕਰਨ? ਤੇਲ ਨੂੰ ਅੱਗ ਲੱਗੀ ਹੈ। ਬਹੁਤ ਸ਼ੁਕਰੀਆ ਜੀ। ਇਮਰਾਨ ਖਾਨ ਸਾਹਿਬ ਦੀ ਤਕਰੀਰ ਕਰਦਾ ਹੋਇਆ ਕਿਹਾ ਕਿ ਆਇਆ ਇਮਰਾਨ ਖਾਨ, ਲੋਕਾਂ ਨੂੰ ਭੁੱਖਿਆ ਮਾਰਨ ਆਇਆ ਇੱਥੇ ਆ ਕੇ ਘੁੰਮ ਜਾ, ਸਾਰਾ ਚੋਰ ਨਹੀਂ, ਚੋਰ ਲੋਕਾਂ ਨੂੰ ਕਹਿੰਦਾ, ਚੋਰਾਂ ਦਾ ਦਾਦਾ ਹਕੂਮਤ ਦੇ ਵਿੱਚ ਆ ਕੇ ਚੋਰੀਆਂ ਕਰਨ ਵਾਲਾ ਕੁੱਤਾ ਡਕੇਟ, ਲੋਕਾਂ ਨੂੰ ਬੁਰਾ ਕਹਿਣ ਵਾਲਾ, ਕਿਹੜਾ ਕੰਮ ਕੀਤਾ ਉਹ ਤਰੱਕੀ ਦਾ ਦੱਸੋ ਹਾਂ ਤੁਹਾਨੂੰ? ਲੋਕਾਂ ਨੂੰ ਭੁੱਖਿਆ ਮਾਰਨ ਆ ਗਿਆ, ਮਹਿੰਗਾਈ ਹੈ ਜੀ,
तेल बद गया हर शायद माड़ा बंदा ले लेंदा घ्यो हूँ घ्यो 200 रुपये किले हैं है जी सारा टब्बर जिन्ना ना गंद पोलन आया ये तो आए ने हुकूमत कर नहीं आए ये लोगों नाल मुकाबला लड़ाई कर आए ने हैं जी पैसे कट्ठे हर मुल्क को पैसा कट्ठा किया लोगों ने करप्शन कर दिया फलाना पैसे लाया लिया पैसे हैं जी पैसे देने की बजाय मुल्क बीमार हो गए बाहर नस जाते झूठ बोलते हैं पे की कटिया हूँ नवाज शरीफ के की लिया लोगों को ले लिया कट्ठा को लभा हो कुछ एवं एन और आप मंगता फिर जुत्तियां खा के जाने पैसे लाके बाहर नस गया हूं सबक अनुसार कि सारी वाम को झूठे केस बना के लोगों ने डग दिया अपनी टीम को मुबारकबाद देते हैं कि तुम बड़ा बेहतर चोरों ने चोरों को मुबारक देनी है ना कभी दूजी की दूजे वाह दुनिया भी दे रही है मुबारक इन मैं वेख के आया तुम मैं 5-7 गाला क्या लेकिन स्टॉक मार्केट से सारा कुछ बड़ा बेहतर हो कुछ भी नहीं किया यार की सारा नज़र आन दिया अपने आप लोगों सारी दुनिया तंग कि खुशहाल है ये हर दुनिया ही इनू गाला कड़ दी है घर घर बच्चा बच्चा जनानियां असं गड्डी ते जाने जिन्नियां जनानियां बादुआं देंदियां ने किराए वधे ने हैं जी हर जनानियां दिया मरान कुत्ता बांदरी दे मूंह लिया तेरा कख ना रवे ये बीजो दे मूंह वाला भैं जो सजिया ही नहीं उस कुर्सी दे उते लेकिन जो लोग ने ना जान बुझ के शोर करके मेनु नाकाम बनाना चाहते जो मेरे सुनो गल महंगाई खुद कर 4 महीने भाजी ने धरना धरिया उदू धरना ठीक सी हूं मौलविया ने धरना रखा जी ये करा पटरोक ने चंगे नहीं भैड़े ने फलाने टमकान हूं धरना हूं तकलीफ आई है जो दूजे वजीर आजम आए ने उन्हों की हसीयत कौन नहीं उन्होंने इज्जत नहीं यदि इज्जत बहुत ही है ये धरना सर्कस से मेरा धरना जरा सही सर्कस सी जो पकाना जरा पाकिस्तान मुक गया है जी जे कबर कट के खफन बन के आया है ना पादरी साहब वरी पइये लैके मुक के विक के बाहर तुर जाते हैं है जी उदू अपना जनानिया ने नचाइया जनानिया बच्चिया ने निकाह किए धरने सन वो तो जनानिया जफे सन धरने नहीं हैं असल धरना ही धरना गंद गंद नहीं तो लोग मनते हैं हॉस्पिटल जलील होंगी उत्थे कोई दवाई कोई अद्वियात सरकारी हॉस्पिटल नहीं मिलती पी जे टेस्ट कराने तुम भी बड़े करवाने ठीक है बाजू का ज्यादा मसला होंगे भी पता डिलीवरी का हो रहा है वह भी जिन्हें भी करवाने बाहरों ही करवानी है सरकारी हॉस्पिटल का फायदा की नवाज शरीफ ने दिखा ने गड्डिया दतिया नवाज शरीफ ने इन्हें की दिता नवाज शरीफ सेहत कार्ड दिते भाजी कोई सेहत कार्ड कूड नहीं है वह जिन्होंने चेक करके वेख लो सेहत कार्ड उन्होंने ने जे पिंड लंबड़दार होंगे मारे बंदे का कोई सेहत कार्ड नहीं आया या जो कोई पिंड का चोरी होएगा उन्होंने सेहत कार्ड लभे उन्होंने मैं भी इस पिंड रहना मैं तुम दस ना कि मारे बंद सेहत कार्ड नहीं लभ है जो कोई वाले तगड़ा है उन्होंने सेहत कार्ड लभे ने मारे किस बंद सेहत सूहत कार्ड नहीं लभे है लेकिन डॉक्टर यासमीन राशिद का कहना है कि दवाइया भी फ्री ने टेस्ट भी फ्री ने हर चीज़ अस्पताल मिल रही कोई शायद नहीं जी मिलती पी मैं परसों की तुम दसना परसों मैं हॉस्पिटल से गया मुंडे लैके टाइफाइड चेक कराया भी उसके टेस्ट करवाए ने 480 रुपये दे गए कहला सरकारी हॉस्पिटल अस्पताल दे विचों 480 हाँ जी अस्पताल दे विचों 480 दे गए सरकारी हॉस्पिटल दे विचों ही मैं अपने हाथों ना खुद दिते ने 480 रुपये सरकारी हॉस्पिटल चो सलाम इमरान खान साहब ने कल स्पीच करते हुए कहा है कि पाकिस्तान हमारी मेहनत से अब दुरुस्त सिमत में जाना शुरू हो गया मईशत भी हमारी बेहतर हो गई है क्या कहेंगे आप इस बारे में मैं तो यही कहूँगा कि हमारी मईशत पहले से ज़्यादा डाउन हो गई है गरीब आदमी सबसे ज़्यादा परेशान है इस हुकूमत के अंदर इससे पहले जो हुकूमतें थी उसमें इतना ज़्यादा परेशान नहीं था अब हमारी सब्ज़ियाँ हर चीज़ को देख लो बहुत ज़्यादा महंगी है गरीब आदमी कुछ ले नहीं सकता ख़ास करके तुम टमाटरों को देख लो कितने ज़्यादा महंगे हो चुके हैं आज मैंने खुद अपने घर के लिए लिए तो 2 टमाटरों ने 40 रुपये के मुझे दिए 2 टमाटर जो इनका वजीर 17 रुपये का कह रहे थे वो तो पता नहीं क्या किस तरह कहते हैं हमें समझ नहीं आती आधा किलो कद्दू लिए 30 रुपये के और 2 टमाटर 40 रुपये के अब क्या करे बंदा गरीब आदमी कहाँ से खाएगा लेकिन इमरान खान साहब ने ये कहा है कि लोग खुद ब खुद महंगाई करके हमारी हुकूमत को नाकाम बनाना चाह रहे हैं महंगाई हमने नहीं की लोग कर रहे हैं देखो अगर
عوام کر رہی ہے تو ان کو ایسا نوٹس لینا چاہیے نا کون کر رہا ہے حکومت تو اسی چیز کا نام ہے کہ ہر چیز عوام کو صحیح فریم دی جائے اگر عوام کر رہی ہے تو پھر حکومت کس چیز کا نام ہے مطلب رونے دھونے کے بجائے ان کو ایکشن لینا چاہیے ہاں ان کو ایکشن لینا چاہیے کہ کون کر رہا ہے حکومت اگر نہیں کر رہی